ਹੁਣ ਦੋ ਹਫ਼ਤੇ ਦੇ ਅੰਦਰ ਅੰਦਰ ਜੋ ਹੈਗੇ ਅਸੀਂ ਜੋ ਅਕਿਊਜ਼ ਸੀਗਾ ਇਸ ਕੇਸ ਦੇ ਵਿੱਚ ਉਹਨੂੰ ਅਰੈਸਟ ਕੀਤੇ ਆ। ਜੋ ਮੇਨ ਗੱਲ ਹੈਗੇ ਸਾਰੇ ਦੇ ਦਿਮਾਗ 'ਚ ਵਿੱਚ ਇਹੀ ਗੱਲ ਸੀ ਕਿ ਕਿਉਂ ਇਹ ਕੰਮ ਕਿਉਂ ਹੋਇਆ। ਉਹਨਾਂ ਦੇ ਪੁੱਛਗਿੱਛ ਦੇ ਵਿੱਚ ਆਹੀ ਗੱਲ ਆਈ ਹੈ ਕਿ ਇਹ ਪਿਛਲੇ ਡੇਢ ਸਾਲ ਤੋਂ ਇੱਥੇ ਸੇਵਾ ਕਰਦਾ ਸੀ ਇਸ ਗੁਰਦੁਆਰੇ ਦੇ ਵਿੱਚ, ਹਫ਼ਤੇ ਵਿੱਚ ਦੋ ਦਿਨ ਤਿੰਨ ਦਿਨ ਇੱਥੇ ਆਉਂਦਾ ਸੀਗਾ ਔਰ ਬਾਬਾ ਜੀ ਦਾ ਸੇਵਾ ਕਰਦਾ ਸੀ। ਔਰ ਇਹਦੇ ਵਿੱਚ ਇਹਨਾਂ ਕੋਲ ਕੋਈ ਫੋਨ ਨਹੀਂ ਸੀਗਾ, ਨਾ ਹੀ ਇਹ ਕਿਸੇ ਦੇ ਘਰ ਦੇ ਕਿਸੇ ਦੇ ਨਾਲ ਗੱਲ ਕਰਦਾ ਸੀ, ਬਿਲਕੁਲ ਹੀ ਇੱਦਾਂ ਮਤਲਬ ਹਵਾ ਦੇ ਵਿੱਚ ਗਾਇਬ ਹੋ ਗਿਆ ਉਸ ਤਰੀਕੇ ਦਾ ਸੀਗਾ। ਨਾਲ ਹੀ ਟੈਕਨੀਕਲ ਦੀ ਇਨਪੁੱਟ ਦੇ ਨਾਲ ਨਾਲ ਲੋਕਾਂ ਦੀ ਇਨਪੁੱਟਸ ਵੱਲੋਂ ਲੋਕ ਸਾਡੇ ਨਾਲ ਸਾਨੂੰ ਮਦਦ ਕਰ ਰਹੇ ਸੀ, ਜਿਨ੍ਹਾਂ ਨੂੰ ਅਗਰ ਸ਼ੱਕ ਵੀ ਲੱਗਦਾ ਸੀ ਕਿ ਇਹ ਹੋ ਸਕਦਾ, ਉਹਨਾਂ ਵੱਲੋਂ ਸਾਨੂੰ ਕਾਲ ਆ ਰਹੇ ਸੀ, ਉਹ ਇਮੀਡੀਏਟਲੀ ਅਸੀਂ ਵੈਰੀਫਾਈ ਕਰਦੇ ਸੀਗੇ। ਉਹਦੇ ਕਰਕੇ ਸਾਡੀ ਜੋ ਕੇਸ ਹੈਗਾ ਤਕਰੀਬਨ ਦੋ ਹਫ਼ਤੇ ਦੇ ਅੰਦਰ ਅੰਦਰ ਹੀ ਜੋ ਹੈ ਟ੍ਰੇਸ ਹੋ ਗਿਆ। ਬੀਤੀ 1 ਮਈ ਨੂੰ ਬਟਾਲਾ ਪੁਲਿਸ ਦੇ ਅਧੀਨ ਪੈਂਦੇ ਕਸਬਾ ਘੁਮਾਨ ਦੇ ਅਠਵਾਲ ਦੇ ਨਜ਼ਦੀਕ ਗੁਰਦੁਆਰਾ ਅਮਰਦਾਸ ਵਿਖੇ ਗੁਰਦੁਆਰੇ ਦੀ ਸੇਵਾ ਸੰਭਾਲ ਕਰਨ ਵਾਲੇ ਬਾਬਾ ਬਲਵਿੰਦਰ ਸਿੰਘ ਦਾ ਕਤਲ ਉਹਨਾਂ ਦੇ ਚੇਲੇ ਵੱਲੋਂ ਹੀ ਕਰ ਦਿੱਤਾ ਗਿਆ ਸੀ। ਗੁਰੂ ਚੇਲੇ ਦਾ ਰਿਸ਼ਤਾ ਜਿਹੜਾ ਸੀ ਉਹ ਤਾਰ ਤਾਰ ਕੀਤਾ ਸੀ। ਪੁਲਿਸ ਨੇ 12 ਦਿਨ ਦੀ ਮੁਸ਼ਕਤ ਤੋਂ ਬਾਅਦ ਆਖਿਰਕਾਰ ਉਸ ਕਾਤਲ ਨੌਜਵਾਨ ਨੂੰ ਕਾਬੂ ਕਰ ਲਿਆ। ਗੱਲਬਾਤ ਕਰਾਂਗੇ, ਸਾਡੇ ਨਾਲ ਮੌਜੂਦ ਨੇ SSP ਬਟਾਲਾ ਮੈਡਮ ਅਸ਼ਵਨੀ ਗੁਟਿਆਲ। ਮੈਮ, ਕਾਰਨ ਕੀ ਰਿਹਾ ਇਸ ਕਤਲ ਦੇ ਪਿੱਛੇ? ਮੇਨ ਤਾਂ ਗੱਲ ਦਿਮਾਗ 'ਚ ਇਹੀ ਉਸ ਵੇਲੇ ਚੱਲ ਰਹੀ ਸੀ ਕਿ ਇੱਕ ਨੌਜਵਾਨ ਦੇ ਵੱਲੋਂ ਬਜ਼ੁਰਗ ਗੁਰੂ ਦਾ ਕਤਲ ਕਰ ਦਿੱਤਾ ਗਿਆ, ਕਾਰਨ ਕੀ ਸੀ ਇਹਦੇ ਵਿੱਚ? ਜੀ, ਸਤਿ ਸ਼੍ਰੀ ਅਕਾਲ ਜੀ। ਇਹ ਜੋ 30 ਅਪ੍ਰੈਲ ਰਾਤ ਨੂੰ ਇੱਕ ਜੋ ਕਤਲ ਜਿਵੇਂ ਤੁਸੀਂ ਬਰੀਫ ਦਿੱਤਾ ਉਹ ਰਿਪੋਰਟ ਹੋਇਆ ਸੀਗਾ, ਉਹਦੇ ਵਿੱਚ ਕਿਉਂਕਿ ਮਾਮਲਾ ਬੜੀ ਸੰਗੀਨ ਸੀਗੀ ਤਾਂ ਫਿਰ ਵੱਖ ਵੱਖ ਪਾਰਟੀਆਂ ਸਾਡੀ ਇਹਦੇ ਵਿੱਚ ਰੇਡ ਦੇ ਵਿੱਚ ਅਸੀਂ ਲਾਏ ਸੀਗੇ। ਹੁਣ ਦੋ ਹਫ਼ਤੇ ਦੇ ਅੰਦਰ ਅੰਦਰ ਜੋ ਹੈਗੇ ਅਸੀਂ ਜੋ ਅਕਿਊਜ਼ ਸੀਗਾ ਇਸ ਕੇਸ ਦੇ ਵਿੱਚ ਉਹਨੂੰ ਅਰੈਸਟ ਕੀਤੇ ਆ। ਜੋ ਮੇਨ ਗੱਲ ਹੈਗੇ ਸਾਰੇ ਦੇ ਦਿਮਾਗ 'ਚ ਵਿੱਚ ਇਹੀ ਗੱਲ ਸੀ ਕਿ ਕਿਉਂ ਇਹ ਕੰਮ ਕਿਉਂ ਹੋਇਆ। ਤੋ ਹੁਣ ਜੀ ਜੋ ਆਪਣੀ ਸ਼ੁਰੂਆਤੀ ਪੁੱਛਗਿੱਛ ਦੇ ਵਿੱਚ ਆਹ ਗੱਲ ਨਿਕਲੀ ਆ ਕਿ ਜੋ ਰਮਨਦੀਪ ਹੈਗਾ, ਰਮਨਦੀਪ ਸਿੰਘ 19 ਸਾਲ ਦੀ ਉਮਰ ਹੈਗੀ ਉਹਨਾਂ ਦੀ, ਇਹ ਇਸ ਕੇਸ ਦਾ ਮੇਨ ਅਕਿਊਜ਼ਡ ਹੈਗਾ। ਉਹਨਾਂ ਦੇ ਪੁੱਛਗਿੱਛ ਦੇ ਵਿੱਚ ਆਹੀ ਗੱਲ ਆਈ ਹੈ ਕਿ ਇਹ ਪਿਛਲੇ ਡੇਢ ਸਾਲ ਤੋਂ ਇੱਥੇ ਸੇਵਾ ਕਰਦਾ ਸੀ ਇਸ ਗੁਰਦੁਆਰੇ ਦੇ ਵਿੱਚ, ਹਫ਼ਤੇ ਵਿੱਚ ਦੋ ਦਿਨ ਤਿੰਨ ਦਿਨ ਇੱਥੇ ਆਉਂਦਾ ਸੀਗਾ ਔਰ ਬਾਬਾ ਜੀ ਦਾ ਸੇਵਾ ਕਰਦਾ ਸੀ। ਉਸ ਦਿਨ ਰਾਤ ਵੀ ਇਹ ਬਾਬਾ ਜੀ ਦਾ ਸੇਵਾ ਕਰ ਰਿਹਾ ਸੀਗਾ ਔਰ ਉਹਨਾਂ ਦੀ ਪੈਰ ਦੀ ਉਸ ਦਿਨ ਜੋ ਲੱਤ ਦੀ ਮਾਲਿਸ਼ ਕਰ ਰਿਹਾ ਸੀਗਾ ਔਰ ਉਹਨਾਂ ਨੂੰ ਲੈ ਕੇ ਉਸ ਚੀਜ਼ ਨੂੰ ਲੈ ਕੇ ਉਹਨਾਂ ਦੇ ਆਪਸ 'ਚ ਜੋ ਗੱਲਬਾਤ ਹੋ ਗਈ, ਉਹ ਬਾਬਾ ਜੀ ਕਹਿ ਰਹੇ ਸੀ ਕਿ ਤੂੰ ਠੀਕ ਜਿਹਾ ਨਹੀਂ ਕਰ ਰਿਹਾ, ਜਾਂ ਇਹਨੇ ਉਹਨਾਂ ਨੂੰ ਇੱਕ ਗੱਲ ਸੁਣਾਤੀ ਤੋ ਫਿਰ ਬਾਬਾ ਜੀ ਨੇ ਇਹਨੂੰ ਮਤਲਬ ਉਹ ਇਹਨਾਂ ਦੇ ਕਹਿਣ ਦੇ ਮੁਤਾਬਿਕ ਹੈ ਕਿ ਇਹਨਾਂ ਨੇ ਉਹਨੂੰ ਲੱਤ ਵੀ ਮਾਰਤਾ। ਤੋ ਇਹ ਕਹਿੰਦਾ ਕਿ ਇਹਨੂੰ ਗੁੱਸਾ ਕੰਟਰੋਲ ਨਹੀਂ ਹੋਇਆ ਤੋ ਫਿਰ ਇਹਨੇ ਅੱਗੇ ਉਹਨਾਂ ਨੂੰ ਕ੍ਰਿਚ ਮਾਰਤਾ ਤੋ ਫਿਰ ਉਹਨਾਂ ਦੀ ਕਤਲ ਹੋ ਗਈ ਸੀ ਉਹਦੇ 'ਚ। ਜਿਹੜੀ ਇਹ ਕ੍ਰਿਚ ਇਸਤੇਮਾਲ ਕੀਤੀ ਗਈ ਇਹ ਉੱਥੇ ਕਮਰੇ ਦੇ ਵਿੱਚ ਪਈ ਹੋਈ ਸੀ ਕਿ ਜਾਂ ਇਹਦੀ ਆਪਣੀ ਸੀ, ਖੁਦ ਨਾਲ ਲੈ ਕੇ ਜਾਂਦਾ? ਇਹ ਖੁਦ ਨਾਲ ਲੈ ਕੇ ਜਾਂਦਾ ਸੀ, ਇਹ ਇਹਨਾਂ ਦੀ ਆਪਣੀ ਸੀਗੀ। ਹੁਣ ਵੀ ਜੋ ਰਿਕਵਰ ਹੋਇਆ ਉਹ ਉਹਨਾਂ ਆਪ ਪਹਿਨ ਕੇ ਰੱਖਿਆ ਸੀਗਾ, ਉਹਨਾਂ ਵੱਲੋਂ ਹੀ ਰਿਕਵਰ ਹੋਇਆ। ਕਾਮਯਾਬੀ ਤਾਂ ਕਾਫੀ ਵੱਡੀ ਮਿਲੀ ਆ ਕਿਉਂਕਿ ਉਸ ਵੇਲੇ ਬੜੀ ਮਤਲਬ ਲੋਕਾਚਾਰੀ 'ਚ ਗੱਲ ਚੱਲ ਗਈ ਸੀ ਕਿ ਬਾਬਾ ਜੀ ਦਾ ਕਤਲ ਕਰ ਦਿੱਤਾ ਗਿਆ ਨਾ, ਪੁਲਿਸ ਨੇ 12 ਦਿਨ ਲਗਾ ਦਿੱਤੇ, ਪਰ ਫਿਰ ਵੀ 12 ਦਿਨ ਦਾ ਸਮਾਂ ਹੀ ਕਿਉਂ ਲੱਗ ਗਿਆ ਇਸਨੂੰ ਕਾਬੂ ਕਰਨ ਵਾਸਤੇ? ਜੀ, ਇਹਦੇ ਵਿੱਚ ਗੱਲ ਇਹ ਆ ਜੀ, ਕਿਉਂਕਿ ਇਹ ਵੱਖ ਵੱਖ ਗੁਰਦੁਆਰਾ ਜਾਂਦਾ ਰਿਹਾ ਔਰ ਇਹਦੇ ਵਿੱਚ ਇਹਨਾਂ ਕੋਲ ਕੋਈ ਫੋਨ ਨਹੀਂ ਸੀਗਾ, ਨਾ ਹੀ ਇਹ ਕਿਸੇ ਦੇ ਘਰ ਦੇ ਕਿਸੇ ਦੇ ਨਾਲ ਗੱਲ ਕਰਦਾ ਸੀ।
ਬਿਲਕੁਲ ਹੀ ਇੱਦਾਂ ਮਤਲਬ ਹਵਾ ਦੇ ਵਿੱਚ ਗਾਇਬ ਹੋ ਗਿਆ ਉਸ ਤਰੀਕੇ ਦਾ ਸੀਗਾ। ਉਹਦੇ ਕਰਕੇ ਇਸ ਕੇਸ ਦੇ ਵਿੱਚ ਸਾਨੂੰ ਪਬਲਿਕ ਦਾ ਬਹੁਤ ਮਦਦ ਮਿਲੀ ਹੈ ਜੀ, ਜੋ ਬਟਾਲੇ ਦੀ ਹੋ ਗਈ ਜਾਂ ਦੂਜੇ ਜ਼ਿਲ੍ਹੇ ਦੇ ਹੋ ਗਏ, ਔਰ ਨਾਲੇ ਜੋ ਵੱਖ ਵੱਖ ਗੁਰਦੁਆਰੇ ਦੀ ਜੋ ਮੈਨੇਜਮੈਂਟ ਸੀਗੇ, ਉੱਥੋਂ ਦੀ ਜੋ ਮੁਖੀ ਸੀਗੇ, ਉਹਨਾਂ ਵੱਲੋਂ ਵੀ ਸਾਨੂੰ ਬਹੁਤ ਮਦਦ ਮਿਲੀ ਹੈ। ਇਹ ਜੋ ਕੇਸ ਇੱਦਾਂ ਦੇ ਸੀਗਾ, ਇਹ ਬਲਾਇੰਡ ਸੀ ਬਿਲਕੁਲ, ਸਾਨੂੰ ਮਤਲਬ ਇਹ ਨਹੀਂ ਪਤਾ ਸੀ ਕਿ ਕਿੱਥੇ ਚੱਲ ਗਿਆ ਔਰ ਅੱਗੇ ਕਿੱਥੇ ਜਾਣਾ ਹੈਗਾ। ਵਰਨਾ ਇਹ ਹੁੰਦਾ ਹੈ ਕਿ ਸਾਨੂੰ ਇਨਫੋਰਮੇਸ਼ਨ ਮਿਲ ਜਾਂਦੀ ਹੈਗੀ, ਭਾਵੇਂ ਘਰ ਤੋਂ ਮਿਲਦੀ ਹੈ, ਭਾਵੇਂ ਦੂਜੇ ਤੀਜੇ ਤੋਂ ਮਿਲਦੀ ਹੈ, ਕੋਈ ਕ੍ਰਿਮੀਨਲ ਹੈ ਤਾਂ ਉਹਨਾਂ ਦਾ ਬੈਕਗਰਾਊਂਡ ਹੁੰਦਾ ਹੈ, ਉਹ ਪਤਾ ਚੱਲ ਜਾਂਦਾ। ਲੇਕਿਨ ਇਹ ਜੋ ਇਹਦੇ ਵਿੱਚ ਅਕਿਊਜ਼ਡ ਹੈਗਾ, ਜੋ 19 ਸਾਲ ਦਾ ਲੜਕਾ ਆ, ਉਹਦਾ ਜੋ ਨਾ ਕੋਈ ਕ੍ਰਿਮੀਨਲ ਬੈਕਗਰਾਊਂਡ ਸੀਗਾ, ਨਾ ਹੀ ਇਹਨਾਂ ਦੇ ਕਰਦਿਆਂ ਲੋਕਾਂ ਦੇ ਨਾਲ ਜਾਂ ਦੋਸਤਾਂ ਦੇ ਨਾਲ ਇਹਨਾਂ ਦੀ ਬਹੁਤਾ ਜ਼ਿਆਦਾ ਕਨੈਕਸ਼ਨ ਨਹੀਂ ਸੀਗੀ। ਇਹ ਘਰ 'ਚ ਵੀ ਇਹ ਹਫ਼ਤੇ ਹਫ਼ਤੇ ਤੱਕ ਕਾਲ ਨਹੀਂ ਕਰਦਾ ਸੀ, ਨਾ ਹੀ ਇਹ ਘਰ ਵੀ ਆਉਂਦਾ ਸੀਗਾ। ਤਾਂ ਉਹਦੇ ਕਰਕੇ, ਕਿਉਂਕਿ ਕੋਈ ਕਨੈਕਸ਼ਨ ਨਹੀਂ ਸੀ ਮਤਲਬ ਇਹਦੇ ਨਾਲ ਲੋਕਾਂ ਦੇ ਨਾਲ, ਉਹਦੇ ਕਰਕੇ ਸਾਨੂੰ ਇਹਦੇ 'ਚ ਟਾਈਮ ਮਿਲਿਆ, ਟਾਈਮ ਲੱਗ ਗਿਆ ਆਲਮੋਸਟ ਮਤਲਬ 1.5 ਹਫ਼ਤੇ ਦੇ ਟਾਈਮ ਸਾਨੂੰ ਲੱਗ ਗਿਆ। ਲੇਕਿਨ ਉਹਦੇ ਵਿੱਚ ਵੀ ਉਸ ਤੋਂ ਬਿਨਾਂ ਕੋਈ ਕਨੈਕਸ਼ਨ ਤੋਂ, ਬਿਨਾਂ ਕੋਈ ਲਿੰਕ ਤੋਂ ਵੀ ਆਪਣੀ ਟੀਮ ਬਹੁਤ ਵਧੀਆ ਕੰਮ ਕੀਤੀ ਹੈਗੀ ਆ। 12 ਦਿਨ ਵੱਖ ਵੱਖ ਪੰਜਾਬ ਦੇ ਬਾਹਰ, ਹੁਣ ਵੀ ਸਾਡੇ ਟੀਮਸ ਬਾਹਰ ਹੈਗੇ ਜੀ, ਤਾਂ ਕਿਉਂਕਿ ਕੱਲ੍ਹ ਅਸੀਂ ਇਹਨੂੰ ਫੜਿਆ ਤਾਂ ਫਿਰ ਉਹਨੂੰ ਬਾਹਰ ਤੋਂ ਆਉਣ ਲਈ ਵੀ ਟਾਈਮ ਲੱਗਦਾ ਹੈਗਾ। ਤਾਂ ਕੇਸ ਬਹੁਤ ਜ਼ਿਆਦਾ ਸੰਗੀਨ ਸੀ, ਇਹਦੇ ਕਰਕੇ ਸਾਡੀ ਟੀਮਸ ਜੋ ਹੈਗੇ ਆ, 3 ਟੀਮ ਜੋ ਹੈ ਪੰਜਾਬ ਤੋਂ ਬਾਹਰ ਵੀ ਗਏ ਸੀਗੇ, ਇੱਥੇ ਵੀ ਪੰਜਾਬ 'ਚ ਵੀ ਵੱਖ ਵੱਖ ਜ਼ਿਲ੍ਹਿਆਂ 'ਚ ਵੀ ਟੀਮਾਂ ਸਾਡੀ ਗਏ ਸੀ। ਲੇਕਿਨ ਨਾਲ ਹੀ ਟੈਕਨੀਕਲ ਦੇ ਇਨਪੁੱਟ ਦੇ ਨਾਲ ਨਾਲ ਲੋਕਾਂ ਦੀ ਇਨਪੁੱਟਸ ਵੱਲੋਂ, ਲੋਕ ਸਾਡੇ ਨਾਲ ਸਾਨੂੰ ਮਦਦ ਕਰ ਰਹੇ ਸੀ, ਜਿਨ੍ਹਾਂ ਨੂੰ ਅਗਰ ਸ਼ੱਕ ਵੀ ਲੱਗਦਾ ਸੀ ਕਿ ਇਹ ਹੋ ਸਕਦਾ, ਉਹਨਾਂ ਵੱਲੋਂ ਸਾਨੂੰ ਕਾਲਸ ਆ ਰਹੇ ਸੀ, ਉਹ ਇਮੀਡੀਏਟਲੀ ਅਸੀਂ ਵੈਰੀਫਾਈ ਕਰਦੇ ਸੀਗੇ। ਉਹਦੇ ਕਰਕੇ ਸਾਡੀ ਜੋ ਕੇਸ ਹੈਗਾ, ਤਕਰੀਬਨ 2 ਹਫ਼ਤੇ ਦੇ ਅੰਦਰ ਅੰਦਰ ਹੀ ਜੋ ਹੈ ਟਰੇਸ ਹੋ ਗਿਆ। ਜਿਹੜਾ ਇਹ ਦਿਨ ਲੱਗੇ ਇਹਨਾਂ ਦਿਨਾਂ ਦੇ ਵਿੱਚ, ਇਹ ਬਟਾਲੇ 'ਚ ਹੀ ਰਿਹਾ ਕਿ ਆਸ ਪਾਸ ਕਿਤੇ ਹੋਰ ਵੀ ਦੂਸਰੇ ਸ਼ਹਿਰਾਂ 'ਚ ਜਾਂ ਦੂਸਰੇ ਜ਼ਿਲ੍ਹਿਆਂ 'ਚ ਵੀ ਜਾਂਦਾ ਰਹੇ? ਇਹ ਦੂਜੇ ਜ਼ਿਲ੍ਹਿਆਂ ਦੇ ਵਿੱਚ ਚੱਲਦਾ ਰਿਹਾ ਜੀ। ਉਸ ਦਿਨ ਵੀ ਉਹਨੇ ਇਮੀਡੀਏਟਲੀ ਵਾਰਦਾਤ ਤੋਂ ਬਾਅਦ ਇਹ ਅੰਮ੍ਰਿਤਸਰ ਚੱਲ ਗਿਆ ਸੀਗਾ, ਅੰਮ੍ਰਿਤਸਰ ਤੋਂ ਫਿਰ ਮੋਗਾ ਚੱਲ ਗਿਆ ਸੀ, ਉੱਥੇ ਇਹਨੇ 2 ਦਿਨ ਰਿਹਾ। ਤਾਂ ਉਹ ਤੋਂ ਬਾਅਦ ਇਹਨੇ ਆਊਟ ਆਫ ਪੰਜਾਬ ਵੀ ਗਿਆ ਸੀਗਾ, ਔਰ ਫਿਰ ਉਸ ਤੋਂ ਬਾਅਦ ਫਿਰ ਵਾਪਸ ਅੰਮ੍ਰਿਤਸਰ ਤੋਂ ਬਟਾਲਾ। ਤਾਂ ਅੱਜ ਦੀ ਜੋ ਇਹਨਾਂ ਦੀ, ਕੱਲ੍ਹ ਦੀ ਜੋ ਅਰੈਸਟ ਵੀ ਹੋਈ ਆ, ਉਹ ਵੀ ਬਟਾਲੇ ਤੋਂ ਹੋਈ ਹੈ ਜੀ ਇਹਨਾਂ ਦੀ ਅਰੈਸਟ। ਕਾਬੂ ਕਰਨ ਵਾਸਤੇ ਕਿੰਨੇ ਲੋਕਾਂ ਦੀ ਟੀਮ ਤਿਆਰ ਕੀਤੀ ਗਈ ਸੀ ਬਟਾਲੇ ਦੇ ਵਿੱਚ? ਦੇਖਿਓ ਜੀ, ਜਿਸ ਦਿਨ ਇਹ ਵਾਰਦਾਤ ਹੋਈ ਹੈ ਉਸ 'ਤੇ ਹਫ਼ਤੇ ਤੱਕ ਜੋ ਹੈ ਪੂਰਾ ਜ਼ਿਲ੍ਹਾ ਹੀ ਸਾਡਾ ਇਸੀ ਕੰਮ ਦੇ ਵਿੱਚ ਲੱਗਿਆ ਰਿਹਾ। ਕਿਉਂਕਿ ਗੱਲ ਇਹ ਹੈਗਾ ਕਿ ਵਾਰਦਾਤ ਹੋ ਸਕਦਾ ਹੈ ਇੱਕ ਜੁਰਿਸਡਿਕਸ਼ਨ ਦੇ ਵਿੱਚ ਹੋਊਗਾ, ਲੇਕਿਨ ਉਸ ਤੋਂ ਬਾਅਦ ਜਦੋਂ ਮੁਰਜਿਮ ਕਿਤੇ ਜਾਂਦਾ ਆ, ਤਾਂ ਫਿਰ ਉਹ ਸਾਰੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨੂੰ ਛੇਤੀ ਤੋਂ ਛੇਤੀ ਫੜੀਏ। ਤਾਂ ਇਹਦੇ ਵਿੱਚ ਸਾਡੀ ਵੱਖ ਵੱਖ ਜੋ ਔਫਿਸਰਸ ਨੇ, ਉਹਨਾਂ ਨੇ ਆਪਣੀ ਟੀਮਸ ਲੀਡ ਕੀਤੀ ਹੈ, ਜੋ SPD ਸਾਹਿਬ ਹੈਗੇ ਸਾਡੇ, ਔਰ SDSP ਸਪੈਸ਼ਲ ਬ੍ਰਾਂਚ, NDSP ਸ਼੍ਰੀ ਹਰਗੋਬਿੰਦਪੁਰ, ਨਾਲੇ CIA ਦੀ ਟੀਮ ਸਾਡੇ ਲੱਗੇ ਸੀਗੇ, ਔਰ SHO ਕਮਾਂਡ ਦੀ ਟੀਮਸ ਲੱਗੇ ਸੀ ਉਹਦੇ ਨਾਲ। ਈਵਨ ਜੋ ਇਹਨਾਂ ਦਾ ਰਿਲੇਸ਼ਨ ਵੀ ਨਹੀਂ ਸੀਗਾ, ਲੇਕਿਨ ਫਿਰ ਵੀ ਆਪਣੀ SHO ਕਿਲਾ ਲਾਲ ਸਿੰਘ ਹੈ, ਐਂਡ ਡੇਰਾ ਬਾਬਾ ਨਾਨਕ ਹੈ, ਔਰ ਸਿਵਲ ਲਾਈਨ ਹੈ, ਇਹਨਾਂ ਦੇ ਸਾਰੇ ਵੱਖ ਵੱਖ ਥਾਵਾਂ ਦੇ ਵਿੱਚ ਇਹਨਾਂ ਦੀ ਜੋ ਜਿੱਥੇ ਪਹਿਲੇ ਇਹਨਾਂ ਨੇ ਸਰਵ ਕੀਤਾ ਸੀਗਾ, ਪਹਿਲੇ ਜਿੱਥੇ ਨੌਕਰੀ ਕੀਤੀ ਸੀ, ਜਿੱਥੇ ਸਾਨੂੰ ਇਨਪੁੱਟ ਮਿਲ ਰਿਹਾ ਸੀਗਾ, ਸੋ ਉੱਥੇ ਉਹ ਅਫਸਰ ਜਾ ਕੇ ਉਹ ਉਹਨਾਂ ਨੂੰ ਚੈੱਕ ਕਰ ਰਿਹਾ ਸੀਗਾ, ਤਾਂ ਕਿ ਉਹਨਾਂ ਨੂੰ ਆਈਡੀਆ ਵੀ ਸੀਗਾ ਏਰੀਆ ਦਾ, ਉਹਨਾਂ ਨੂੰ ਇਹ ਵੀ ਪਤਾ ਸੀ ਕਿਹਨਾਂ ਨੂੰ ਕਿਹਨਾਂ ਨਾਲ ਗੱਲ ਕਰਨੀ ਹੈਗੀ। ਪੁੱਛਗਿੱਛ ਵਿੱਚ ਕੁਛ ਇਹ ਪਤਾ ਚੱਲ ਸਕਿਆ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਵੱਖਰੇ ਵੱਖਰੇ ਗੁਰਦੁਆਰਿਆਂ 'ਚ ਵੀ ਜਾਂਦਾ ਸੀ ਸੇਵਾ ਕਰਨ, ਹੈ ਨਾ, ਜਾਂ ਵੱਖਰੇ ਵੱਖਰੇ ਜਗ੍ਹਾ ਜਾਂਦਾ ਸੀ, ਉੱਥੇ ਵੀ ਕਦੀ ਕਿਸੇ ਨਾਲ ਝਗੜਾ ਵਗੈਰਾ ਹੋਇਆ ਸੀ ਇਹਦਾ ਅੱਜ ਪਹਿਲਾਂ ਇਸ ਕਤਲ ਤੋਂ ਪਹਿਲਾਂ? ਉਹ ਹਲੇ ਸਾਡਾ ਇਨਵੈਸਟੀਗੇਸ਼ਨ ਦੀ ਹੈਗੀ ਜੀ, ਕਿਉਂਕਿ ਕੱਲ੍ਹ ਹੀ ਫੜਿਆ ਸੀ, ਤਾਂ ਹੁਣ ਇਹਨਾਂ ਦਾ ਰਿਮਾਂਡ ਲਵਾਂਗੇ। ਔਰ ਜੋ ਬਾਕੀ ਜੋ ਗੁਰਦੁਆਰੇ ਦੇ ਵਿੱਚ ਜਿੱਥੇ ਇਹਨੇ ਪਹਿਲੇ ਕੰਮ ਕੀਤੀ ਆ, ਉੱਥੋਂ ਦੇ ਤੋਂ ਇਹ ਗੱਲ ਕਦੀ ਸਾਹਮਣੇ ਨਹੀਂ ਆਇਆ ਕਿ ਇਹਨੇ ਕਿਸੇ ਦੇ ਨਾਲ ਝਗੜਾ ਕੀਤੇ ਹੋਣ ਜਾਂ ਕਿਸੇ ਦੇ ਨਾਲ ਕੋਈ ਇਸ ਬਦਸਲੂਕੀ ਕੀਤੇ ਹੋਣ, ਇਹ ਕੋਈ ਗੱਲ ਆਈ ਨਹੀਂ। ਸਾਰੇ ਵਾਸਤੇ ਹੀ ਇੱਕ ਤਰੀਕੇ ਦਾ ਇਹ ਸ਼ੌਕ ਸੀਗਾ ਕਿ ਈਵਨ ਇੰਕਲੂਡਿੰਗ ਜੋ ਇਹਦਾ ਫਾਦਰ ਸਾਹਿਬ ਹੈਗੇ ਜਾਂ ਫੈਮਿਲੀ ਮੈਂਬਰਸ ਹੈ, ਉਹਨਾਂ ਵਾਸਤੇ ਵੀ ਇਹ ਸ਼ੌਕਿੰਗ ਦਾ ਗੱਲ ਸੀਗਾ, ਕਿਉਂਕਿ ਇਹਨਾਂ ਦੇ ਘਰ ਦੇ ਜੋ ਹੈਗੇ ਉਹ ਵੀ ਪਾਠੀ ਨੇ, ਫਾਦਰ ਸਾਹਿਬ ਇਹਨਾਂ ਦੇ ਗੁਰਦੁਆਰੇ 'ਚ ਸੇਵਾ ਕਰਦੇ ਨੇ,
ਆ ਵੀ ਇਹਨੇ ਮਤਲਬ ਗੁਰਬਾਣੀ ਪੜ੍ਹ ਰਿਹਾ ਸੀਗਾ, ਮਤਲਬ ਉਹ ਸਿੱਖ ਰਿਹਾ ਸੀਗਾ, ਪਾਠ ਇਹ ਵੀ ਪਾਠੀ ਬਣਨਾ ਚਾਹੁੰਦਾ ਸੀ। ਤੋ ਇਹਦੇ ਕਰਕੇ ਅੱਗੇ ਜਿੱਥੇ ਵੀ ਇਹਨਾਂ ਵੱਲੋਂ ਜੋ ਗੱਲ ਹੋਈ ਹੈ, ਜਿਹਨਾਂ ਨੂੰ ਪਤਾ ਚੱਲਿਆ ਕਿ ਜਿੱਥੇ ਪਹਿਲੇ ਰਿਹਾ ਉਹ ਵੀ ਇੱਕ ਸ਼ੌਕ 'ਚ ਸੀਗੇ ਕਿ ਮਤਲਬ ਇੱਦਾਂ ਦੀ ਕਿਵੇਂ ਗੱਲ ਹੋ ਗਈ। ਅਦਰਵਾਈਜ਼ ਇਹਨਾਂ ਦੀ ਕੋਈ ਕ੍ਰਿਮੀਨਲ ਬੈਕਗ੍ਰਾਊਂਡ ਨਹੀਂ ਹੈਗੀ ਹੈ, ਨਾ ਹੀ ਕੋਈ ਇਸ ਤਰੀਕੇ ਦਾ ਗੱਲ ਸਾਹਮਣੇ ਆਈ ਹੈ ਜੀ ਹੁਣ ਤੱਕ। ਜਿਸ ਦਿਨ ਕਤਲ ਹੋਇਆ ਸੀ ਨਾ ਉੱਥੇ ਇਹਨਾਂ ਦੇ, ਜਿਨ੍ਹਾਂ ਦਾ ਕਤਲ ਹੋਇਆ ਬਾਬਾ ਬਲਵਿੰਦਰ ਸਿੰਘ ਦਾ, ਉਹਨਾਂ ਦੇ ਕਜ਼ਨ ਬ੍ਰਦਰ ਉੱਥੇ ਪਹੁੰਚੇ ਸੀ। ਉਹਨਾਂ ਨੇ ਪ੍ਰੈਸ ਨੂੰ ਇੱਕ ਗੱਲ ਕਹੀ ਸੀ ਕਿ ਸਾਨੂੰ ਸ਼ੱਕ ਹੈਗਾ ਕਿ ਕਿਸੇ ਨੇ ਪੈਸੇ ਦੇ ਕੇ ਨਾ ਕਤਲ ਕਰਵਾਇਆ ਹੋਵੇ, ਕਿਉਂਕਿ ਅੰਦਰ ਖਾਤੇ ਮਤਲਬ ਕਈ ਲੋਕ ਬਾਬਾ ਬਲਵਿੰਦਰ ਸਿੰਘ ਜੀ ਦੇ ਔਖੇ ਵੀ ਸਨ, ਹੋ ਸਕਦਾ ਕਿ ਕਿਸੇ ਨੇ ਪੈਸੇ ਦੇ ਕੇ ਕਤਲ ਕਰਵਾਇਆ। ਐਸਾ ਕੋਈ ਨਿਕਲ ਕੇ ਆਇਆ ਸਾਹਮਣੇ ਕੋਈ ਨਾ? ਹੁਣ ਤੱਕ ਦੀ ਕੋਈ ਐਸੀ ਦੇ ਵਿੱਚ ਬਿਲਕੁਲ ਕੁਛ ਨਹੀਂ ਹੈ ਜੀ। ਇਹਨਾਂ ਦੇ ਕੋਲ ਜੋ ਜਿੱਥੇ ਜਿੱਥੇ ਇਹ ਗਿਆ ਵੀ ਹੈ ਉਹ ਅਸੀਂ ਵੈਰੀਫਾਈ ਕੀਤਾ, ਉਹਦੇ ਵਿੱਚ ਇਹ ਬਿਲਕੁਲ 12 ਦਿਨ ਜੋ ਇਹਨਾਂ ਨੇ ਲਾਇਆ ਉਹ 200 ਰੁਪਏ ਦੇ ਵਿੱਚ ਇਹਨੇ ਕੱਢੀ ਹੈ ਜੀ, 200 ਰੁਪਏ ਦੇ ਇਹਦੇ ਵਿੱਚ। ਔਰ ਨਾ ਹੀ ਇਹਨਾਂ ਕੋਲ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਫੋਨ ਵਗੈਰਾ ਵੀ ਨਹੀਂ ਸੀਗਾ, ਇਹ ਮਤਲਬ ਕਿਸੇ ਦੇ ਨਾਲ ਗੱਲ ਵੀ ਨਹੀਂ ਕਰਦਾ ਸੀ, ਕੰਟੈਕਟ ਵੀ ਨਹੀਂ ਹੁੰਦਾ ਸੀਗਾ ਇਹ ਜੋ। ਨਾ ਹੀ ਇਹਦੇ ਵਿੱਚ ਕੋਈ ਰੈਡੀਕਲ ਐਂਗਲ ਜੀ ਸਾਹਮਣੇ ਆਈ ਹੈ, ਨਾ ਹੀ ਕੋਈ ਕਿਸੇ ਦਾ ਜਿਵੇਂ ਇਹ ਕਰਕੇ ਨਾ ਜੀ ਕਿਸੇ ਨੇ ਉਕਸਾਇਆ ਇਹਨੂੰ ਜਾਂ ਕਿਸੇ ਨੇ ਮਤਲਬ ਇਹਨਾਂ ਦੀ ਡਿਸਟਰੈਕਟ ਕਰਕੇ ਇਹਨਾਂ ਤੋਂ ਕੰਮ ਕਰਾਇਆ, ਇਹ ਗੱਲ ਬਿਲਕੁਲ ਨਹੀਂ ਹੈ। ਇਹਦੇ ਵਿੱਚ ਜੋ ਉਸ ਵੇਲੇ ਦੀ ਜੋ ਹੀਟ ਆਫ ਦ ਮੂਮੈਂਟ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਝਗੜੇ ਦੇ ਵਿੱਚ ਇਹਨਾਂ ਨੂੰ ਆਪਣਾ ਕੰਟਰੋਲ ਖੋ ਬੈਠਾ, ਉਹ ਫਿਰ ਉਹਦੇ ਕਰਕੇ ਇੰਨਾ ਵੱਡਾ ਗੱਲ ਬਣ ਗਿਆ ਜੀ। ਇਹ ਸਨ ਸਾਡੇ ਨਾਲ SSP ਮੈਡਮ ਅਸ਼ਨੀ ਗੁਰਤਿਆਲ, ਜਿਨ੍ਹਾਂ ਦੇ ਅਗਵਾਈ 'ਚ ਤਿਆਰ ਕੀਤੀ ਟੀਮ ਦੇ ਵੱਲੋਂ ਮਿਹਨਤ ਕਰਦਿਆਂ ਹੋਇਆਂ ਉਕਤ ਆਰੋਪੀ ਨੌਜਵਾਨ ਨੂੰ ਕਾਬੂ ਕੀਤਾ ਗਿਆ, ਜਿਸ ਦੇ ਵੱਲੋਂ ਬਾਬਾ ਬਲਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਮਾਮਲੇ ਦੇ ਵਿੱਚ ਜੋ ਕਾਰਨ ਨਿਕਲ ਕੇ ਸਾਹਮਣੇ ਆਇਆ ਉਹ ਸਿਰਫ ਇਹੀ ਨਿਕਲ ਕੇ ਆਇਆ ਕਿ ਸੇਵਾ ਦੇ ਦੌਰਾਨ ਝਗੜਾ ਹੋਇਆ ਅਤੇ ਝਗੜੇ ਦੌਰਾਨ ਹੀ ਗੁੱਸੇ 'ਚ ਆ ਕੇ ਇਸ ਨੌਜਵਾਨ ਨੇ ਕਿਰਚ ਦੇ ਨਾਲ ਕਤਲ ਕਰ ਦਿੱਤਾ। ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਅਗਲੀ ਪੁੱਛਗਿੱਛ ਵੀ ਜਾਰੀ ਹੈ। ਕੈਮਰਾ ਪਰਸਨ ਪਰਮਿੰਦਰ ਦੇ ਨਾਲ ਭੋਪਾਲ ਸਿੰਘ, ਪੰਜਾਬ ਨਿਊਜ਼, ਬਟਾਲਾ।